ਮੁੱਖ ਮੰਤਰੀ ਸਾਹਿਬ ਸਾਨੂੰ ਮਿਲ ਜਾਣਾ, ਜੋ ਵਾਰ ਵਾਰ ਇਹ ਗੱਲ ਕਰਦੇ ਆ ਵੀ ਜਥੇਬੰਦੀਆਂ ਨੂੰ ਧਰਨਾ ਨਹੀਂ ਦੇਣਾ ਚਾਹੀਦਾ, ਸਾਨੂੰ ਆ ਕੇ ਮਿਲੋ, ਉਹ ਗਲਤ ਪ੍ਰਚਾਰ ਕਰ ਰਹੇ ਆ। ਪਿਛਲੀ ਦੀਵਾਲੀ 2022 'ਤੇ ਕਿਹਾ ਸੀਗਾ ਵੀ ਤੁਹਾਡਾ ਜਿਹੜੀ ਪੰਜਵਾਂ ਪੀਰ ਕਮਿਸ਼ਨ, ਜਿਹੜੀਆਂ ਤੁਹਾਡੀਆਂ ਮੇਨ ਮੰਗਾਂ ਹੈਗੀਆਂ CSR ਰੂਲ, ਉਹ ਫੌਰੀ ਰਾਹਤ ਦਿੰਦੇ ਹੋਏ ਤੁਹਾਨੂੰ ਦੀਵਾਲੀ ਦਾ ਗਿਫਟ ਦਿੱਤਾ ਜਾਊਗਾ। ਉਸ ਤੋਂ ਬਾਅਦ ਵੀ 2 ਦੀਵਾਲੀਆਂ ਲੰਘ ਚੁੱਕੀਆਂ ਤਾਂ ਅਜੇ ਤੱਕ ਉਹ ਵਾਅਦਾ ਵਫਾ ਨਹੀਂ ਹੋਇਆ। ਅੱਜ ਕੰਪਿਊਟਰ ਅਧਿਆਪਕਾਂ ਦਾ ਗੁੱਸਾ ਮੁੱਖ ਮੰਤਰੀ ਮਾਨ ਦੇ ਉੱਤੇ ਫੁੱਟਦਾ ਹੋਇਆ ਨਜ਼ਰ ਆਇਆ। ਤਸਵੀਰਾਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਹੱਥਾਂ ਦੇ ਵਿੱਚ ਵੱਡੇ ਵੱਡੇ ਬੈਨਰ ਫੜ ਕੇ ਜਿਸ ਦੇ ਉੱਤੇ ਮੁੱਖ ਮੰਤਰੀ ਮਾਨ ਦੀ ਫੋਟੋ ਲੱਗੀ ਹੋਈ ਨਜ਼ਰ ਆ ਰਹੀ ਹੈ ਤੇ ਉੱਪਰ ਲਿਖਿਆ ਹੋਇਆ ਮੁੱਖ ਮੰਤਰੀ ਭਾਲ ਯਾਤਰਾ। ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਮੁੱਖ ਮੰਤਰੀ ਨੂੰ ਲੱਭਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਦੱਸਦੀ ਕਿ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਸੜਕਾਂ ਦੇ ਉੱਤੇ। ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਮੌਜੂਦਾ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਪੂਰੀਆਂ ਨਹੀਂ ਹੋ ਰਹੀਆਂ, ਜਦਕਿ ਮਾਨ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੀਆਂ ਮੰਗਾਂ ਨੂੰ ਉਹ ਜਲਦ ਹੀ ਪੂਰਾ ਕਰ ਦੇਣਗੇ। ਉਹਨਾਂ ਕਿਹਾ ਕਿ ਵਾਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਉਹਨਾਂ ਨੂੰ ਟਾਲ ਦਿੱਤਾ ਜਾਂਦਾ ਹੈ, ਪਰ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਜੋ ਜਾਣਕਾਰੀ ਆਈ ਤੁਸੀਂ ਰੋਜ਼ਗਾਰਾ ਕਰ ਰਹੇ ਹੋ, ਕੀ ਲੋੜ, ਕੀ ਕਹਿਣਾ ਚਾਹੋਗੇ? ਮੁੱਖ ਮੰਤਰੀ ਭਾਲ ਯਾਤਰਾ ਸਾਨੂੰ ਸ਼ੁਰੂ ਕਰਨੀ ਪਈ ਮਜਬੂਰੀ ਵਸ ਜੀ। ਅਸੀਂ 2 ਸਾਲਾਂ ਤੋਂ ਸਰਕਾਰ ਨੂੰ ਆਉਂਦਿਆਂ ਹੋ ਗਿਆ, ਵਾਰ ਵਾਰ ਸਾਨੂੰ ਮੀਟਿੰਗਾਂ ਦੇ ਕੇ ਭੱਜ ਰਹੀ ਆ। ਜੇ ਕਦੀ ਮੀਟਿੰਗ ਅਸੀਂ ਕਰਦੇ ਵੀ ਹਾਂ ਤਾਂ ਉਸ ਮੀਟਿੰਗ ਦੇ ਵਿੱਚ ਸਾਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਕਿ ਆਉਣ ਤੁਹਾਡਾ ਜਿਹੜਾ ਕੰਮ ਪ੍ਰੋਸੈਸ 'ਚ ਆ। ਸੋ ਮੁੱਖ ਮੰਤਰੀ ਸਾਹਿਬ ਵਾਰ ਵਾਰ ਸੋਸ਼ਲ ਮੀਡੀਆ 'ਤੇ ਵੀ ਗੱਲਬਾਤ ਕਰਦੇ ਆ ਤਾਂ ਕਿਸਾਨ ਜਥੇਬੰਦੀਆਂ ਨੂੰ ਵੀ ਆਖਦੇ ਆ, ਹੋਰ ਸਾਰੀਆਂ ਅਧਿਆਪਕ ਜਥੇਬੰਦੀਆਂ ਨੂੰ ਵੀ ਆਖਦੇ ਆ ਵੀ ਸਾਨੂੰ ਆ ਕੇ ਮਿਲੋ, ਅਸੀਂ ਧਰਨੇ ਮੁਜ਼ਾਹਰੇ 'ਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਤੁਹਾਡਾ ਕੰਮ ਕਰਦੇ ਹਾਂ। ਪਰ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮਿਲਣ ਜਾਂਦੇ ਹਾਂ ਤਾਂ ਉਹੀ ਮੀਟਿੰਗਾਂ ਦੇ ਕੇ ਉਹ ਕਿਸੇ ਹੋਰ ਐਜੂਕੇਸ਼ਨ ਸਪੈਸ਼ਲ ਸੈਕਟਰੀ ਨਾਲ ਜਾਂ ਕਿਸੇ ਹੋਰ ਨਾਲ ਸਾਨੂੰ ਮੀਟਿੰਗ ਕਰਨੀ ਪੈਂਦੀ ਆ। ਉਹ ਵਾਰ ਵਾਰ ਆਪਣੀ ਸਾਡੇ ਕੰਮ ਹੋਣ ਦਾ ਜਿਹੜਾ ਪ੍ਰੋਸੈਸ ਦਾ ਹਵਾਲਾ ਦਿੰਦੇ ਆ। ਸੋ ਸਾਨੂੰ ਸਿੱਖਿਆ ਮੰਤਰੀ ਸਾਹਿਬ ਨੇ ਆਪਣੀ ਵੱਖ ਵੱਖ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਸਾਨੂੰ ਪਿਛਲੀ ਦੀਵਾਲੀ 2022 'ਤੇ ਕਿਹਾ ਸੀਗਾ ਵੀ ਤੁਹਾਡਾ ਜਿਹੜੀ ਪੰਜਵਾਂ ਪੀਰ ਕਮਿਸ਼ਨ, ਜਿਹੜੀਆਂ ਤੁਹਾਡੀਆਂ ਮੇਨ ਮੰਗਾਂ ਹੈਗੀਆਂ CSR ਰੂਲ, ਉਹ ਫੌਰੀ ਰਾਹਤ ਦਿੰਦੇ ਹੋਏ ਤੁਹਾਨੂੰ ਦੀਵਾਲੀ ਦਾ ਗਿਫਟ ਦਿੱਤਾ ਜਾਊਗਾ। ਉਸ ਤੋਂ ਬਾਅਦ ਵੀ 2 ਦੀਵਾਲੀਆਂ ਲੰਘ ਚੁੱਕੀਆਂ ਤਾਂ ਅਜੇ ਤੱਕ ਉਹ ਵਾਅਦਾ ਵਫਾ ਨਹੀਂ ਹੋਇਆ। ਅਤੇ ਮੁੱਖ ਮੰਤਰੀ ਭਾਲ ਯਾਤਰਾ ਅਸੀਂ ਇਸ ਲਈ ਆਰੰਭ ਕੀਤੀ ਆ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਾਨੂੰ ਮਿਲ ਜਾਣ, ਜੋ ਵਾਰ ਵਾਰ ਇਹ ਗੱਲ ਕਰਦੇ ਆ ਵੀ ਜਥੇਬੰਦੀਆਂ ਨੂੰ ਧਰਨਾ ਨਹੀਂ ਦੇਣਾ ਚਾਹੀਦਾ, ਸਾਨੂੰ ਆ ਕੇ ਮਿਲੋ, ਉਹ ਗਲਤ ਪ੍ਰਚਾਰ ਕਰ ਰਹੇ ਆ। ਸੋ ਅਸੀਂ ਇਸੇ ਲੜੀ ਤਹਿਤ ਜਿਹੜੀ ਮੁੱਖ ਮੰਤਰੀ ਭਾਲ ਯਾਤਰਾ ਕਰ ਰਹੇ ਹਾਂ ਤਾਂ ਕਿ ਆਮ ਲੋਕਾਂ ਨੂੰ ਵੀ ਪਤਾ ਲੱਗ ਸਕੇ ਵੀ ਮੁੱਖ ਮੰਤਰੀ ਸਾਹਿਬ ਜੋ ਸੋਸ਼ਲ ਮੀਡੀਆ 'ਤੇ ਬਿਆਨ ਦਿੰਦੇ ਆ ਉਹ ਵਾਅਦੇ ਅਤੇ ਕਰਨੀ ਅਤੇ ਕਥਨੀ 'ਚ ਫਰਕ ਆ। ਜੇ ਉਹਨਾਂ ਦੀ ਕਥਨੀ ਅਤੇ ਕਰਨੀ ਇੱਕ ਆ ਤਾਂ ਸਾਡੇ ਨਾਲ ਮੀਟਿੰਗ ਕਰਨ, ਅਧਿਆਪਕ ਜਥੇਬੰਦੀ ਦੀਆਂ ਜਾਂ ਹੋਰ ਕਿਸਾਨ ਜਥੇਬੰਦੀ ਦੀਆਂ ਜਿੰਨੀਆਂ ਵੀ ਜਿਹੜੇ ਕੰਮ ਹੈਗੇ ਆ ਉਹ ਪੂਰੇ ਕਰਨ, ਸਾਨੂੰ ਨਾ ਇੱਥੇ ਸੜਕਾਂ 'ਤੇ ਆ ਕੇ
ਇਸ ਤਰ੍ਹਾਂ ਨਾਅਰੇਬਾਜ਼ੀ ਕਰਨ ਦੀ, ਸਮਾਂ ਬਰਬਾਦ ਕਰਨ ਦੀ ਬਜਾਏ ਅਸੀਂ ਆਪਣੇ ਗਰੀਬ ਬੱਚਿਆਂ ਨੂੰ ਪੜ੍ਹਾਈਏ, ਨਾ ਕਿ ਉਹਨਾਂ ਦੇ ਮਤਲਬ ਝੂਠੇ ਪ੍ਰਚਾਰ ਰਾਹੀਂ ਅਸੀਂ ਗੁੰਮਰਾਹ ਹੋਈਏ, ਨਾ ਹੀ ਲੋਕ ਗੁੰਮਰਾਹ ਹੋਣ। ਹਾਂਜੀ, ਭਾਲ ਤਾਂ ਜਵਾਕਾਂ ਦੀ ਕੀਤੀ ਜਾਂਦੀ ਹੈ, ਕਿਹੜੀ ਚੀਜ਼ ਅਸੀਂ ਗਵਾਚ ਕੀਤੀ ਜੋ ਅਸੀਂ ਭਾਲ ਦੇ ਪਏ? ਉਹ ਇਸੇ ਤਰ੍ਹਾਂ ਜੀ, ਜਦੋਂ ਸਾਡੇ ਨਾਲ ਮੀਟਿੰਗ ਹੀ ਨਹੀਂ ਕਰਨਗੇ, ਸੋਸ਼ਲ ਮੀਡੀਆ ਤੋਂ ਕਹਿੰਦੇ ਆ ਵੀ ਮੀਟਿੰਗ ਕਰੋ, ਪਰ ਜਦੋਂ ਅਸੀਂ ਮੀਟਿੰਗ ਕਰਨ ਜਾਂਦੇ ਹਾਂ ਉਹਦੇ ਸਾਨੂੰ ਮਿਲਦੇ ਨਹੀਂ, ਤਾਂ ਫਿਰ ਭਾਲ ਤਾਂ ਸਾਨੂੰ ਕਰਨੀ ਪਊਗੀ ਜੀ। ਕਿੰਨੇ ਦੇ ਕੀ ਜਿਹੜੇ ਅਧਿਆਪਕ ਹੈਗੇ? ਇਹ ਲਗਭਗ 150 ਦੇ ਕਰੀਬ ਅਸੀਂ ਜੋਨ ਵਾਈਜ਼ ਵੰਡੇ ਹੋਏ, ਜ਼ਿਲ੍ਹਾ ਵਾਈਜ਼ 150 ਦੇ ਕਰੀਬ ਅਧਿਆਪਕ ਹੈਗੇ, 7000 ਦੇ ਕਰੀਬ ਬੱਚੇ ਪੰਜਾਬ 'ਚ। ਹਾਂਜੀ, ਪੂਰੇ ਪੰਜਾਬ ਹਾਂਜੀ ਜਦੋਂ ਤੱਕ ਸਾਡੀਆਂ ਹੱਕੀ ਦੇ ਜਾਇਜ਼ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਜੀ। ਦੱਸਦੀ ਕਿ ਇਹਨਾਂ ਟੀਚਰਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਮਾਨ ਦੇ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨਾਲ ਗੱਲ ਨਹੀਂ ਹੋ ਸਕੀ। ਵਾਰ ਵਾਰ ਉਹਨਾਂ ਨੂੰ ਮੀਟਿੰਗਾਂ ਦਾ ਸਮਾਂ ਦਿੱਤਾ ਜਾਂਦਾ ਅਤੇ ਬਾਅਦ ਵਿੱਚ ਮੁੱਕਰ ਜਾਂਦੇ ਨੇ, ਕੋਈ ਵੀ ਮੀਟਿੰਗ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਅੱਜ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਮੁੱਖ ਮੰਤਰੀ ਭਾਲ ਯਾਤਰਾ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਮੋਗਾ ਤੋਂ ਸੰਜੀਵ ਅਰੋੜਾ, ਪੰਜਾਬੀ ਲੋਕ ਚੈਨਲ।